प्रताप सिंह बाजवा जी वालों तुहाडे उपर सीधे नहीं असिधे रूप दे विच इक हमला जिहा करता, शब्दी हमला कि कहिंदे इक चार्जर वाला बंदा, चार्जर करन वाला बंदा, मोबाइल चार्जर करन वाला बंदा साडे सीएम नूं हरा गया, की कहना चाहुंदे? शायद प्रताप सिंह बाजवा जी नूं ओह सारे लोग जिहड़े माड़े लग रहे आ, जिहड़े किरत करके खांदे आ। सोशल मीडिया के उपर एक जफ्फी बड़ी मशहूर है, नवजोत सिंह सिद्धू ते बिक्रमजीत मजीठिया जी तुहाडे विरोधी धिर दे विच बैठ बैंदे ने, ओह तां जफ्फी नूं किवें देखदे हो? किसे वेले एक दूजे दे विरोधी रहे ने, एक दूजे नूं बड़ा उच्ची उच्ची बोलदे वी सी, शब्दी हमले बड़े करदे सी, किवें देखदे हो जफ्फी नूं स्टेज दे उपर जिहड़ी उहनां ने पाई एक दूजे नूं? देखो जी, जे तां इह आ वी अंदर दा बैर मार के असीं किसे विरोधी नूं मिलदे आ तां ओह साडी निम्रता ते ओह साडा इह आ वी यार असीं किसे नाल वैर विरोध नहीं रखणा। गल असल च जफ्फियां ने जिहड़ियां, इह जिहड़ा स्टॉज वाला महिंदर मास्टर दा मुंडा है, इह जफ्फियां सारियां उहदे करके पै रहियां। तो वड्डी गल तां मैं इक चीज़ कहना चाहूँगा कि जे साडी निम्रता है तां ओह कोई माड़ी गल नहीं। खबर भी होर चल रही है कि 18,000 करोड़ की जी करजा लिमिट से सेंटर वालों उपर पंजाब उपर कट मारे गए, ये विषय की कहना चाहूँ? देखो जी, जिते जिते भाजपा दियाँ खेतरी सरकार नहीं है तो उन्होंने ये हमेशा ही ये चाहते हैं कि इन्होंने दबा के रखिए ताकि आने वाले समय के अपन सरकार उत्थे बना सकन। रहमत टीवी नाल जुड़े तुसीं ते मैं हाँ रणजीत सिंह। विधानसभा 2022 दीआं चोणां होईआं, उदों भी भदौड़ हलका जिहड़ा चर्चावां दे विच रहा, क्योंकि भदौड़ हल्के दे विच इक आम घर दा नौजवान सी जिहड़ा कि मोबाइल रिपेयर दे उपर दुकान दे उपर काम करदे, ते दूसरे पासे मुख मंत्री जिहड़े उस वेले सीगे चरणजीत सिंह चन्नी, तां उस वेले बड़ी चर्चा छिड़ी सी कि किस तरह दा मुकाबला होऊगा। तां उस वेले चरणजीत सिंह नी जिहड़े ओह इलैक्शन दे विच हार जांदे ने ते लाभ सिंह उगों के ਉਹ ਇਲੈਕਸ਼ਨ 'ਚ ਜਿੱਤ ਜਾਂਦੇ ਨੇ। ਤਾਂ ਹੁਣ ਫਿਰ ਦੁਬਾਰਾ ਫਿਰ ਇੱਕ ਚਰਚਾ ਛਿੜੀ ਆ, ਤਾਂ ਵਿਰੋਧੀ ਧਿਰ ਦੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ 'ਤੇ ਉਹਨਾਂ ਵੱਲੋਂ ਸ਼ਬਦੀ ਹਮਲਾ ਜਿਹੜਾ ਕਿ ਉਹ ਸਿੱਧੇ ਨੇ ਅਸਿੱਧੇ ਰੂਪ ਦੇ ਵਿੱਚ ਜਿਹੜਾ ਕਿ ਲਾਭ ਸਿੰਘ ਉਗੋ ਦੇ ਉਗੋਕੇ ਦੇ ਉੱਪਰ ਕੀਤਾ ਗਿਆ। ਸਾਡੇ ਨਾਲ MLA ਲਾਭ ਸਿੰਘ ਉਗੋ ਜੀ ਮੌਜੂਦ ਨੇ, ਉਹਨਾਂ ਨਾਲ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਰਹਿਮਤ ਟੀਵੀ ਦੇ ਸਾਰੇ ਦਰਸ਼ਕਾਂ ਦਾ। ਸ਼ੁਕਰੀਆ ਸਰ। ਤਾਂ ਜਨਾਬ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਤੁਹਾਡੇ ਉੱਪਰ ਸਿੱਧੇ ਨਹੀਂ ਅਸਿੱਧੇ ਰੂਪ ਦੇ ਵਿੱਚ ਇੱਕ ਹਮਲਾ ਜਿਹਾ ਕਰਤਾ, ਸ਼ਬਦੀ ਹਮਲਾ ਕਿ ਕਹਿੰਦੇ ਇੱਕ ਚਾਰਜਰ ਵਾਲਾ ਬੰਦਾ, ਚਾਰਜਰ ਕਰਨ ਵਾਲਾ ਬੰਦਾ, ਮੋਬਾਈਲ ਚਾਰਜਰ ਕਰਨ ਵਾਲਾ ਬੰਦਾ ਸਾਡੇ ਸੀਐਮ ਨੂੰ ਹਰਾ ਗਿਆ, ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਰੁਤਬਾ ਮੇਰੇ ਭਦੌੜ ਦੇ ਲੋਕਾਂ ਨੇ ਦਿੱਤਾ, ਇਹ ਜਿੱਤ ਮੇਰੇ ਭਦੌੜ ਦੇ ਲੋਕਾਂ ਦੀ ਆ, ਮੇਰਾ ਸੀਸ ਨਤਮਸਤਕ ਆ ਉਹਨਾਂ ਲੋਕਾਂ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਨੇ ਇੱਕ ਆਮ ਘਰ ਦੇ ਮੁੰਡੇ ਨੂੰ ਨੀਚਿਓਂ ਉਠਾ ਕੇ ਉਸ ਕੁਰਸੀ 'ਤੇ ਬਿਠਾ ਤਾ ਜਿੱਥੇ ਅਸੀਂ ਸਾਡੇ ਲੋਕਾਂ ਦੇ ਲਈ ਚੰਗੇ ਫੈਸਲੇ ਲੈ ਸਕੀਏ। ਔਰ ਦੂਸਰੀ ਗੱਲ, ਬਾਜਵਾ ਸਾਹਿਬ ਉਮਰ 'ਚ ਵੱਡੇ ਨੇ, ਉਹ ਉਹਨਾਂ ਦੀ ਸੋਚ ਸਮਝ ਆ ਕੇ ਉਹ ਕੀ ਬੋਲਦੇ ਆ। ਪਰ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਹਮਲਾ 'ਚ ਉਹ ਸ਼ਬਦੀ ਬਾਹਰ ਕਹਿ ਲਓ, ਇਹ ਲਾਭ ਸਿੰਘ ਉਗੋ ਕਿਤੇ ਨਹੀਂ ਹੈਗਾ, ਇਹ ਉਹਨਾਂ ਕਿਰਤੀ ਲੋਕਾਂ 'ਤੇ ਆ ਜਿਹੜੇ ਆਪਣੀ ਕਿਰਤ ਕਰਕੇ, ਦਸਾਂ ਨੌਵਾਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਚਲਾਉਂਦੇ ਆ, ਚਾਹੇ ਕੋਈ ਮੋਬਾਈਲਾਂ ਦੀ ਦੁਕਾਨ ਕਰਦਾ, ਚਾਹੇ ਕੋਈ ਇਲੈਕਟ੍ਰੀਸ਼ਨ ਆ, ਚਾਹੇ ਕੋਈ ਪਲੰਬਰ ਹੈ, ਚਾਹੇ ਕੋਈ ਗੱਡੀਆਂ ਸਮਾਰਦਾ, ਚਾਹੇ ਕੋਈ ਘਰ ਬਣਾਉਂਦਾ, ਚਾਹੇ ਕੋਈ ਸੜਕਾਂ ਬਣਾਉਣ ਦਾ ਕੰਮ ਕਰਦਾ, ਮਤਲਬ ਜਿਹੜੇ ਦਸਾਂ ਨੌਹਾਂ ਦੀ, ਚਾਹੇ ਕਿਸਾਨ ਵੀ ਹੈ ਜਿਹੜੇ ਕਿਰਤ ਕਰਕੇ ਕਰਦੇ ਆ, ਇਹ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਉਹ ਸਾਰੇ ਲੋਕ ਜਿਹੜੇ ਮਾੜੇ ਲੱਗ ਰਹੇ ਆ ਜਿਹੜੇ ਕਿਰਤ ਕਰਕੇ ਖਾਂਦੇ ਆ। ਸੋ ਇੱਕ ਚੀਜ਼ ਇਹ ਆ ਕਿ ਆਮ ਆਦਮੀ ਪਾਰਟੀ ਦੇ ਆਉਣ ਦੇ ਨਾਲ ਉਹਨਾਂ ਲੋਕਾਂ ਦੇ ਵਿੱਚ ਬੜੀ ਆਸ ਜਾਗੀ ਆ ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਕਦੇ MLA ਨੂੰ ਸਿੱਧੇ ਜਾ ਕੇ ਮਿਲ ਲਾਂਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ, ਇਹਨਾਂ ਦਾ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ, ਆਮ ਘਰਾਂ ਦੇ ਲੋਕਾਂ ਨੂੰ ਇੱਕ ਆਸ ਜਾਗੀ ਆ ਕਿ ਹੁਣ ਅਸੀਂ ਮਿਲਣਾ ਨਹੀਂ, ਹੁਣ ਅਸੀਂ MLA ਬਣ ਵੀ ਸਕਦੇ ਹਾਂ। ਤਾਂ ਇਹ ਤੁਸੀਂ ਕਿਹਾ ਕਿ ਆਮ ਘਰਾਂ ਦੇ ਜਿਹੜੇ ਮੁੰਡੇ ਨੇ, ਇਹਦੇ ਵਿੱਚ ਇੱਕ ਸ਼ਬਦੀ ਹਮਲਾ ਉਹ ਹੋਰ ਕਰ ਗਏ, ਕਹਿੰਦੇ ਇਹ ਤਾਂ MLA ਇੱਕ ਦੂਜੇ ਨੂੰ ਜਾਣਦੇ ਤੱਕ ਵੀ ਨਹੀਂ, ਕਹਿੰਦੇ ਇਹਨਾਂ ਨੂੰ ਤਾਂ ਇਹ ਨਹੀਂ ਪਤਾ ਲੱਗਦਾ, ਕਈ ਵਾਰੀ ਕਹਿੰਦੇ ਕਿ ਤੂੰ ਕਿੱਥੋਂ, ਕਹਿੰਦੇ ਮੈਂ ਗੜਸ਼ੰਕਰ ਤੋਂ, ਇਹੋ ਜਿਹੇ ਸ਼ਬਦ ਵੀ ਤੁਹਾਡੇ MLA ਦੀ ਖਾਤਰ ਵਰਤੇ, ਕਿਉਂਕਿ ਇਸ ਤੋਂ ਪਹਿਲਾਂ ਇੱਕ ਫੰਕਸ਼ਨ ਦੇ ਵਿੱਚ ਸੁਖਬੀਰ ਬਾਦਲ ਵੀ ਇੱਕ ਤੁਹਾਡੇ MLA ਦੇ ਉੱਪਰ ਹਮਲਾ, ਸ਼ਬਦੀ ਹਮਲਾ ਕਰ ਗਏ ਸੀ, ਕਹਿੰਦੇ ਐਂ ਕਰਕੇ, ਕਹਿੰਦੇ ਮੇਰੇ ਮਗਰ ਮਗਰ ਤੁਰਿਆ ਕਿ ਮੈਂ ਕੌਣ ਹੈ ਕਿ ਤੁਸੀਂ ਕਹਿ ਮੈਂ ਆਮ ਆਦਮੀ ਪਾਰਟੀ ਤੋਂ MLA, ਕਹਿੰਦੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ MLA ਨੇ। ਦੇਖੋ ਜੀ, ਸਭ ਤੋਂ ਵੱਡੀ ਗੱਲ ਤਾਂ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਜੇ ਸਾਡੀ ਨਿਮਰਤਾ ਹੈ ਤਾਂ ਉਹ ਕੋਈ ਮਾੜੀ ਗੱਲ ਨਹੀਂ। ਅੱਜ ਤੁਸੀਂ ਆਏ ਹੋ, ਤੁਹਾਨੂੰ ਜੇ ਭਰਾ ਵਾਂਗੂ ਟ੍ਰੀਟ ਕਰਾਂਗੇ,
ਤਾਂ ਉਹ ਸਾਡੀ ਨਿਮਰਤਾ। ਜੇ ਅਸੀਂ ਲੀਡਰਾਂ ਨੂੰ ਕਹਾਂਗੇ ਕਿ ਉੱਥੇ ਬੈਠੋ 20 ਮਿੰਟ ਇੰਤਜ਼ਾਰ ਕਰੋ ਫਿਰ ਤੁਹਾਡੇ ਨਾਲ ਗੱਲ ਕਰਾਂਗੇ, ਉਹ ਸਾਡੀ ਮੰਨ ਲਓ ਅਸੀਂ ਇਹ ਕਹੀਏ ਵੀ ਉਹ ਸਾਡੀ ਆਕੜ ਹੋ ਸਕਦੀ ਹੈ। ਪਰ ਮੈਂ ਆਮ ਆਦਮੀ ਪਾਰਟੀ ਦੇ ਜਿੰਨੇ ਵੀ MLA ਬਣੇ ਨੇ, ਈਵਨ ਕਿ ਮਿਨਿਸਟਰ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਲੋਕਾਂ ਨੂੰ ਇਸ ਤਰੀਕੇ ਨਾਲ ਮਿਲਦੇ ਨੇ ਕਿ ਜਿਵੇਂ ਉਹਨਾਂ ਦਾ ਆਪਣਾ ਕੋਈ ਭਾਈ ਹੋਵੇ, ਆਪਣੀ ਕੋਈ ਭੈਣ ਹੋਵੇ, ਆਪਣੇ ਘਰ ਦਾ ਜੀ ਹੋਵੇ। ਇਹ ਉਮੀਦ ਆ ਪੰਜਾਬ ਦੇ ਲੋਕਾਂ ਦੀ ਆਮ ਆਦਮੀ ਪਾਰਟੀ। ਔਰ ਜਾਣਨ ਵਾਲੀ ਗੱਲ ਇਹ ਨਹੀਂ, ਦੇਖੋ ਜੀ ਸਾਡੇ ਸਾਰੇ ਭਰਾ ਨੇ, ਅੱਜ ਜਿਹੜੇ ਨਰਿੰਦਰ ਕੌਰ ਭਰਾਜ ਹੋ ਗਈ, ਆਪਣਾ ਅਮੋਲਕ ਜੈਤੋ ਹੋ ਗਿਆ, ਠੀਕ ਹੈ ਜੀ, ਆਹ ਜਿੰਨੇ ਨੇੜੇ ਤੇੜੇ ਸਾਡੇ ਹਲਕਿਆਂ ਦੇ ਨੇ ਅਤੇ ਪੂਰੇ ਪੰਜਾਬ ਦੇ, ਅਸੀਂ ਇਹਦੇ 'ਚ ਨਾਲੇ ਕੀ ਹੋ ਜਾਣਾ ਜੇ ਜਾਣਾਂਗੇ ਨਹੀਂ। ਸਾਨੂੰ ਜਿਹੜੀ ਜ਼ਿੰਮੇਦਾਰੀ ਲੋਕਾਂ ਨੇ ਲਾਈ ਆ ਉਹ ਜ਼ਿੰਮੇਦਾਰੀ ਬਖੂਬੀ ਨਿਭਾ ਰਹੇ ਹਾਂ। ਸੋ ਇਹਨਾਂ ਪਾਰਟੀਆਂ ਨੇ ਹੁਣ ਇਕੱਲੇ ਨੂੰ ਸਾਰਿਆਂ ਵਾਲੀ ਕਬੱਡੀ ਨਹੀਂ ਜਿਹੜੀ ਹੁੰਦੀ, ਉਹ ਹੋਈ ਵੀ ਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਇਕੱਲੇ ਆ ਅਤੇ ਬਾਕੀ ਸਾਰੇ ਵਿਰੋਧੀ ਉਹਨਾਂ ਨੂੰ ਪਏ ਹੋਏ ਆ। ਪਰ ਇੱਕ ਚੀਜ਼ ਇਹ ਆ ਕਿ ਪੰਜਾਬ ਦੇ ਲੋਕਾਂ ਨੇ ਬੜੀ ਉਮੀਦ ਦੇ ਨਾਲ ਪੰਜਾਬ ਦਾ CM ਭਗਵੰਤ ਮਾਨ ਜੀ ਨੂੰ ਬਣਾਇਆ, ਔਰ ਸਾਰੀਆਂ ਉਮੀਦਾਂ ਪੂਰੀਆਂ ਕਰਨਗੇ। ਅਤੇ ਇੱਕ ਸਾਲ 3 ਮਹੀਨਿਆਂ 'ਚ ਜਿਹੜਾ ਕੁਛ ਕਰਿਆ ਅੱਜ ਤਾਈਂ ਪੰਜਾਬ ਦੇ ਲੋਕਾਂ ਦੇ, ਮਤਲਬ ਵਿਰੋਧ ਦੇ ਵਿੱਚ ਕੋਈ ਫੈਸਲਾ ਲਿਆ ਹੋਵੇ, ਤੁਸੀਂ ਮੀਡੀਆ ਕਰਮੀ ਹੋ, ਤੁਸੀਂ ਹਰ ਰੋਜ਼ ਸਾਰਿਆਂ ਨੂੰ ਕਵਰ ਕਰਦੇ ਹੋ, ਤਾਂ ਇੱਕ ਜੱਫੀ ਵੀ ਬੜੀ ਮਸ਼ਹੂਰ ਆ ਸੋਸ਼ਲ ਮੀਡੀਆ ਦੇ ਉੱਪਰ, ਇੱਕ ਜੱਫੀ ਬੜੀ ਮਸ਼ਹੂਰ ਆ, ਨਵਜੋਤ ਸਿੰਘ ਸਿੱਧੂ ਤੇ ਬਿਕਰਮਜੀਤ ਮਜੀਠੀਆ ਜੀ, ਤੁਹਾਡੇ ਵਿਰੋਧੀ ਧਿਰ ਦੇ ਵਿੱਚ ਬਹਿੰਦੇ ਨੇ ਉਹ, ਤਾਂ ਜੱਫੀ ਨੂੰ ਕਿਵੇਂ ਦੇਖਦੇ ਹੋ? ਕਿਸੇ ਵੇਲੇ ਇੱਕ ਦੂਜੇ ਦੇ ਵਿਰੋਧੀ ਰਹੇ ਨੇ, ਇੱਕ ਦੂਜੇ ਨੂੰ ਬੜਾ ਉੱਚੀ ਉੱਚੀ ਬੋਲਦੇ ਵੀ ਸੀ, ਸ਼ਬਦੀ ਹਮਲੇ ਬੜੇ ਕਰਦੇ ਸੀ, ਕਿਵੇਂ ਦੇਖਦੇ ਹੋ ਜੱਫੀ ਨੂੰ ਸਟੇਜ ਦੇ ਉੱਪਰ ਜਿਹੜੀ ਉਹਨਾਂ ਨੇ ਪਾਈ ਇੱਕ ਦੂਜੇ ਨੂੰ? ਦੇਖੋ ਜੀ, ਜੇ ਤਾਂ ਇਹ ਆ ਵੀ ਅੰਦਰ ਦਾ ਬੈਰ ਮਾਰ ਕੇ ਅਸੀਂ ਕਿਸੇ ਵਿਰੋਧੀ ਨੂੰ ਮਿਲਦੇ ਹਾਂ ਤਾਂ ਉਹ ਸਾਡੀ ਨਿਮਰਤਾ, ਅਤੇ ਉਹ ਸਾਡਾ ਇਹ ਆ ਵੀ ਯਾਰ ਅਸੀਂ ਕਿਸੇ ਨਾਲ ਵੈਰ ਵਿਰੋਧ ਨਹੀਂ ਰੱਖਣਾ। ਗੱਲ ਅਸਲ 'ਚ ਜੱਫੀਆਂ ਨੇ ਜਿਹੜੀਆਂ, ਇਹ ਜਿਹੜਾ ਸਤੌਜ ਵਾਲਾ ਮਹਿੰਦਰ ਮਾਸਟਰ ਦਾ ਮੁੰਡਾ ਹੈ, ਇਹ ਜੱਫੀਆਂ ਸਾਰੀਆਂ ਉਹਦੇ ਕਰਕੇ ਪੈ ਰਹੀਆਂ, ਕਿਉਂਕਿ ਉਹਨਾਂ ਨੂੰ ਸਾਰਿਆਂ ਨੂੰ ਡਰ ਹੈ ਕਿ ਨੰਬਰ ਇਹਨਾਂ ਦਾ ਸਾਰਿਆਂ ਦਾ ਲੱਗਣਾ, ਜਿਹਨਾਂ ਜਿਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਚੱਲੀਆਂ, ਪੰਜਾਬ ਦੇ ਲੋਕਾਂ ਦਾ ਪੈਸਾ ਖਾਧਾ, ਔਰ ਇਹ ਜੱਫੀਆਂ ਜਿਹੜੀਆਂ ਗਲ ਬੱਕੜੀਆਂ ਸਿਰਫ ਦਿਖਾਵੇ ਦੇ ਲਈ ਆ, ਆਪਣਾ ਮਾਸ ਬਚਾਉਣ ਦੇ ਲਈ ਲੱਗੇ ਹੋਏ ਆ, ਤੇ ਪੰਜਾਬ ਦੇ ਮੁੱਖ ਮੰਤਰੀ ਇਸ ਵੇਲੇ ਭਗਵੰਤ ਮਾਨ ਜੀ ਪੰਜਾਬ ਦੇ ਲੋਕਾਂ ਲਈ ਲੱਗੇ ਹੋਏ ਆ। ਤਾਂ ਇੱਕ ਖਬਰ ਵੀ ਹੋਰ ਚੱਲ ਰਹੀ ਹੈ ਕਿ 18,000 ਕਰੋੜ ਦੀ ਜਿਹੜੀ ਕਰਜ਼ਾ ਲਿਮਿਟ ਸੀ ਸੈਂਟਰ ਵੱਲੋਂ, ਉਹਦੇ ਉੱਪਰ ਪੰਜਾਬ ਦੇ ਉੱਪਰ ਕੱਟ ਮਾਰਿਆ ਗਿਆ, ਇਹਦੇ ਵਿਸ਼ੇ ਤੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਜਿੱਥੇ ਜਿੱਥੇ ਭਾਜਪਾ ਦੀਆਂ ਖੇਤਰੀ ਸਰਕਾਰਾਂ ਨਹੀਂ ਹੈਗੀਆਂ ਤੇ ਉਹਨਾਂ ਨੂੰ ਇਹ ਹਮੇਸ਼ਾ ਹੀ ਇਹ ਚਾਹੁੰਦੇ ਆ ਕਿ ਇਹਨਾਂ ਨੂੰ ਦਬਾ ਕੇ ਰੱਖੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਣੀਆਂ ਸਰਕਾਰਾਂ ਉੱਥੇ ਬਣਾ ਸਕਣ। ਪਰ ਇਸ ਵਕਤ ਜਿਹੜੇ ਪੂਰੇ ਭਾਰਤ ਦੇ ਲੋਕ ਨੇ, ਜਿਹੜਾ ਦਿੱਲੀ ਦੇ ਵਿੱਚ ਸਾਡੇ ਜਿਹੜੇ ਇੰਟਰਨੈਸ਼ਨਲ ਖਿਡਾਰੀ ਸੀ ਉਹਨਾਂ ਦੇ ਨਾਲ ਜਿਹੜਾ ਭਾਜਪਾ ਨੇ ਮਾੜਾ ਵਿਤਾਰਾ ਕਰਿਆ, ਉਹ ਵੀ ਚੰਗੀ ਤਰੀਕੇ ਨਾਲ ਦੇਖ ਰਹੇ ਆ। ਪੰਜਾਬ ਦਾ ਨੌਜਵਾਨ ਅਤੇ ਭਾਰਤ ਦਾ ਨੌਜਵਾਨ ਇਹ ਚੀਜ਼ ਨੂੰ ਦੇਖ ਰਿਹਾ ਕਿ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਹੈ ਉਹ ਸਾਡੇ, ਜੇ ਉਹਨਾਂ ਓਲੰਪਿਕਸ ਦੇ ਗੋਲਡ ਮੈਡਲਸ ਜੇਤੂਆਂ ਦਾ ਜਿਹੜਾ ਸਤਿਕਾਰ ਨਹੀਂ ਕਰਦੀ ਤਾਂ ਆਮ ਲੋਕਾਂ ਦਾ ਕੀ ਕਰੂ? ਤਾਂ ਇਹਨਾਂ ਦਾ ਹਸ਼ਰ ਜਿਹੜੇ ਭਾਰਤ ਦੇ ਲੋਕ ਆ ਉਹ ਆਉਣ ਵਾਲੇ ਸਮੇਂ 'ਚ ਬੜਾ ਮਾੜਾ ਕਰਨ ਜਾ ਰਹੇ ਹਾਂ। ਆਪਾਂ ਦੇਖੀਏ MLA ਸਾਹਿਬ, ਪੰਜਾਬ ਦੇ ਉੱਪਰ ਜਿੱਦਾਂ ਪਾਣੀਆਂ ਦਾ ਮਸਲਾ ਦੀ ਆਪਾਂ ਗੱਲ ਕਰਦੇ ਹਾਂ, ਜਿੱਦਾਂ 5 ਤਰੀਕ ਨੂੰ ਜਿਹੜੀ ਮੀਟਿੰਗਾਂ ਹੋਣੀਆਂ ਸੁੱਖੂ ਸਾਹਿਬ ਅਤੇ ਖੱਟਰ ਸਾਹਿਬ ਦੀ, ਹਿਮਾਚਲ ਦੇ CM ਨੇ ਸੁੱਖੂ ਸਾਹਿਬ ਅਤੇ ਖੱਟਰ ਸਾਹਿਬ ਹੈਗੇ ਨੇ ਹਰਿਆਣੇ ਦੇ, ਤਾਂ 5 ਤਰੀਕ ਨੂੰ ਮੀਟਿੰਗ ਹੋਣੀ, ਅਤੇ ਦੂਸਰੇ ਪਾਸੇ PU ਪੰਜਾਬੀ ਯੂਨੀਵਰਸਿਟੀ ਦਾ ਮਸਲਾ ਵੀ ਆ, ਉਹਦੇ ਵਿੱਚ ਹਰਿਆਣਾ ਹਿੱਸੇਦਾਰੀ ਦੀ ਮੰਗ ਕਰਦਾ ਗਾ, ਤਾਂ ਇਹ ਦੋਨੇ ਮੀਟਿੰਗਾਂ ਲਗਭਗ 5 ਤਰੀਕ ਨੂੰ ਹੋਣੀਆਂ, ਕਿਵੇਂ ਦੇਖਦੇ ਹੋ? ਉੱਧਰੋਂ ਹਰਿਆਣਾ ਵਾਇਆ ਸਿੱਧਾ ਹਿਮਾਚਲ ਤੋਂ ਪਾਣੀ ਲੈਣ ਦੀ ਗੱਲ ਕਰਦਾ, ਕਿਉਂਕਿ ਪੰਜਾਬ ਦੇ ਪਾਣੀਆਂ 'ਤੇ ਡਾਕਾ ਹੋਏਗਾ, ਅਤੇ ਜੇ ਹਰਿਆਣਾ ਯੂਨੀਵਰਸਿਟੀ ਦੇ ਵਿੱਚ ਹਿੱਸੇ ਦੀ ਮੰਗ ਕਰਦਾ, ਕਿਵੇਂ ਦੇਖਦੇ ਸਰ? ਦੇਖੋ ਜੀ, ਯੂਨੀਵਰਸਿਟੀ ਦੀ ਜੇ ਆਪਾਂ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਉਹਦੇ 'ਤੇ ਪਹਿਲਾਂ ਹੀ ਜਿਹੜਾ ਵਿਧਾਨ ਸਭਾ ਦੇ ਵਿੱਚ ਮਤਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੁੱਕੀ ਆ। ਔਰ ਜਿਹੜਾ ਪਾਣੀਆਂ ਦੀ ਜੇ ਗੱਲ ਕਰੀਏ, ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਵੀ ਸੁਖਵਿੰਦਰ ਸੁੱਖੂ ਜੀ ਨਾਲ ਪਹਿਲਾਂ ਮੀਟਿੰਗ ਕਰਕੇ ਆਏ ਆ। ਔਰ ਦੂਸਰੀ ਗੱਲ, ਜਿਹੜੇ ਕੁਦਰਤੀ ਵਹਾਅ ਹੁੰਦੇ ਆ ਉਹ ਪਾਣੀ ਉਸੇ ਤਰ੍ਹਾਂ ਹੀ ਚੱਲਦੇ ਆ, ਅਤੇ ਕਦੇ ਵੀ ਪ੍ਰਕਿਰਤੀ ਦੇ ਨਾਲ ਜੇ ਅਸੀਂ ਖਿਲਵਾੜ ਕਰਾਂਗੇ ਜਾਂ ਉਹਨਾਂ ਦੇ ਮੂੰਹ ਮੋੜਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਆਪਣਾ ਜਿਹੜਾ ਨੁਕਸਾਨ ਸਾਨੂੰ ਝੱਲਣਾ ਵੀ ਪੈਣਾ। ਪਰ ਪੂਰੀ ਆਮ ਆਦਮੀ ਪਾਰਟੀ, ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਉਹਨਾਂ ਦੀ ਸਾਰੀ ਟੀਮ ਪੰਜਾਬ ਦੇ ਪਾਣੀਆਂ ਦੇ ਲਈ ਜਿਹੜਾ ਉਹ ਡਟ ਕੇ ਖੜੀ ਆ। ਜਿੱਥੇ ਸਾਨੂੰ ਵਿਧਾਨ ਸਭਾ 'ਚ ਮਤੇ ਲੈ ਕੇ ਆਉਣ ਦੀ ਲੋੜ ਪਈ ਉਹ ਵੀ ਲੈ ਕੇ ਆਵਾਂਗੇ, ਜਿੱਥੇ ਸਾਨੂੰ ਲੜਨ ਦੀ ਉਹਨਾਂ ਦੇ ਨਾਲ ਲੋੜ ਪਈ ਤਾਂ ਉਹ ਜਿਹੜੀ ਕਾਨੂੰਨੀ ਲੜਾਈ ਆ ਜਿਹੜੀ ਪੰਜਾਬ ਦੀ ਸਾਰੀ ਟੀਮ ਆ ਉਹ ਪੰਜਾਬ ਦੇ ਪਾਣੀਆਂ ਦੇ ਲਈ ਜ਼ਰੂਰ ਲੜੂਗੀ। ਔਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਪੈਸ਼ਲ ਜਿਹੜੇ ਇਹ ਆਰਡਰ ਕਰਿਆ ਕਿ ਪੰਜਾਬ ਦੇ ਜਿਹੜੇ ਖਾਲ ਜਾਂ ਕੱਸੀਆਂ ਜਿਹੜੀਆਂ ਨਕਾਰਾ ਹੋ ਚੁੱਕੀਆਂ ਉਹਨਾਂ ਨੂੰ ਰਿਪੇਅਰ ਕਰਕੇ ਦੁਬਾਰਾ ਨਵੇਂ ਤਰੀਕੇ ਨਾਲ ਬਣਾਇਆ ਜਾਵੇ ਤਾਂ ਕਿ ਜਿਹੜਾ ਸਾਡਾ ਡੈਮ ਤੋਂ ਪਾਣੀ ਆਉਂਦਾ ਉਹ ਹਰ ਇੱਕ ਖੇਤ ਤੱਕ ਜਿਹੜਾ ਪਾਣੀ ਉਹ ਪਹੁੰਚ ਸਕੇ, ਪੰਜਾਬ ਦੇ ਪਾਣੀਆਂ ਲਈ
मुख्यमंत्री भगवंत मान जी उन्होंने टीम है जी बड़े मतलब के सुचजे ढंग सीरीयस हो के जो इतने पहरा दे रही। भाजपा के लीडर ने मैं एक बयान सुन रहा है हरजीत गरेवाल जी, तो वह कहें कि विजिलेंस की वरतों करके जेड़े खिलाफ आ पार्टी के आम आदमी पार्टी के खिलाफ आ उन्होंने खिलाफ कार्रवाई कर रहे हैं, जेडे गलत आ उन्होंने फड़न की बजाय खिलाफा के खिलाफ कार्रवाई कर रहे हैं। देखो जी कांग्रेस का एक सबका मंत्री जिहड़ा ताज़ा ताज़ा भाजपा च ज्वाइन होया सी ते ओह 50 लाख रुपया लैके विजिलेंस नूं देण गया सी, ठीक है जी। तो जे इन्हां नूं कोई डर ही नहीं फिर पैसे कहदे देण जांदे आ? इस वक्त जिन्हां ने पंजाब का पैसा खाधा पंजाब की सरकार उन्हां खिलाफ कार्रवाई करूगी ते होनी भी चाहिए आ, क्योंकि पैसा किसी पार्टी का नहीं है, ना वह पैसा आम आदमी पार्टी का, ना वह पैसा कांग्रेस का सी, ना वह पैसा अकाली दल का, ना ही वह पैसा भाजपा का। वो पैसा किदा? वो पैसा तुहाडा, वो पैसा साढ़े लोगों का, वो लोगों का पैसा, तो पैसा लोगों से ही लगना चाहिए, किसी लीडर के घर नहीं भरने चाहिए। दिल्ली के आम आदमी पार्टी सरकार आ तो एक सुप्रीम कोर्ट ने भी दिल्ली की सरकार के हक में फैसला सुनाता, तो ना जी भाजपा सरकार सेंटर वालों एक आर्डिनेंस लिया के उस कानून बदलने की जी प्रक्रिया वो शुरू करता। केजरीवाल के भगवंत मान जी बक बक पार्टियां जो सीएम आ जिते नॉन भाजपा सरकार उन्होंने मिल रहे हैं, किमें देखते हैं सारे कासे नूं, क्योंकि भाजपा भी जब भी राज सभा दे विच इसनूं पास करवाया जाए ताकि कानून बनाया जा सके। देखो जी गल उही आ कि केंद्र दी सत्ता दे जिहड़े लोक आवाज नहीं ना, जे कोई उन्हां दे खिलाफ बोलदा तां उन्हां नूं हर एक हथकंडा अपना के वह दबाउणा चाहुंदे आ। सो मुख्यमंत्री भगवंत मान जी केजरीवाल साहब उन्हां सारियां पार्टियां नूं मिल रहे आ जिहड़ी जिहड़ियां अपनी अपनी स्टेट नूं चंगे तरीके नाल प्रफुल्लित करना चाहुंदे आ, तां कि केंद्र दे जिहड़ा एक एक तकड़ी टीम लैके इन्हां नूं सत्ता तों पासे करके भारत दे लोकां दे लई एक चंगी जिहड़ी राजनीतिक पार्टी आ जां एक चंगी सरकार आ उह मिल के जिहड़ी बनाई जा सके, क्योंकि जे चंगे खिडारी लैके टीम दे विच आपां खेडांगे तां जरूर जिहड़ी आ उह जित होगी। जिदा मंत्री मंडल दा हुण विस्तार कीता गया की आउण वाले समें च भदौड़ नूं मंत्री मिल सकदा? देखो जी मैं सब तो पहला तो धन्यवाद करदा मेरे लोगों का मेरी पार्टी का कि वह सानू इतों तक ले, दूसरा मैं पार्टी का धन्यवाद करदा कि साढ़े जिले में 35 साल बाद मिनिस्टर भरा साढ़े मीत हर जी दिते है, और सानू कदे लगे ही नहीं भी मंत्री दे एमएलए च कोई फर्क है, क्योंकि असी उन्हां नू भरा वांगू मिलदे हाँ। और भदौड़ दे लई मुख्यमंत्री भगवंत मान जी ने हमेशा भदौड़ दे लई चंगा सोचा, तो भदौड़ दे लोकां दे लई ओह होर भी वधिया तरीके नाल जिहड़ा सानू ओह ग्रांटां दे गफ्फे देणगे ते भदौड़ दा विकास करने। शुक्रिया बहुत बहुत धन्यवाद। ਤਾਂ ਇਹ ਸਨ ਐਮ ਐਲ ਏ ਲਾਭ ਸਿੰਘ ਉੱਗੋ ਕੇ ਜਿਨ੍ਹਾਂ ਨੇ ਕਿ ਜਵਾਬ ਦਿੱਤਾ ਕਿ ਸ਼ਾਇਦ ਵਿਰੋਧੀ ਪਾਰਟੀਆਂ ਤੋਂ ਆਮ ਘਰ ਦੇ ਧੀ ਪੁੱਤ ਬਣੇ ਹੋਏ ਐਮ ਐਲ ਏ ਬਣੇ ਹੋਏ ਜਿਹੜੇ ਜਰੇ ਨਹੀਂ ਜਾਂਦੇ ਤਾਂ ਕਰਕੇ ਉਹ ਇਹੋ ਜਿਹੇ ਬਿਆਨ ਦੇ ਰਹੇ ਨੇ। ਕੈਮਰਾ ਪਰਸਨ ਲਵਪ੍ਰੀਤ ਦੇ ਨਾਲ ਤੁਸੀਂ ਜੁੜਿਓ ਸਰਖਾ ਮੀਡੀਆ ਦੇ ਨਾਲ, ਧੰਨਵਾਦ।